ਹੈਲੋ ਸਟੂਡੈਂਟਸ ਵੈਲਕਮ ਹੇਅਰ ਅਗੇਨ ਟੂ ਮਾਈ ਚੈਨਲ ਜਾਣਕਾਰੀ ਹਿਤ ਮਾਈਸੈਲਫ ਹਿਤ ਆਭਿਲਾਸ਼ੀ ਸ਼ਰਮਾ ਇੱਕ ਵਾਰੀ ਫੇਰ ਤੁਹਾਡੀ ਜਾਣਕਾਰੀ ਦੇ ਲਈ ਅਕਾਊਂਟੈਂਸੀ ਦੀ ਜੋ ਸਾਡੀ ਇੱਕ ਸੀਰੀਜ਼ ਚੱਲ ਰਹੀ ਹੈ ਇਸ ਚੈਨਲ ਦੇ ਉੱਪਰ ਉਹਦੇ ਉੱਪਰ ਤੁਹਾਡੇ ਨਾਲ ਮੈਂ 22 ਜਿਹੜੀ ਨੰਬਰ ਵੀਡੀਓ ਹੈ ਈਪ ਦਾ ਮਤਲਬ ਜਿਹੜਾ ਲਿਖਿਆ ਸਮਝੋ ਇੰਗਲਿਸ਼ ਪਲੱਸ ਪੰਜਾਬੀ ਦਾ ਕੰਬੋ ਰੂਪ ਕਈ ਵਾਰ ਮੇਰੀ ਵੀਡੀਓ ਦੇ ਵਿੱਚ ਸੇਮ ਨੰਬਰ ਦੇ ਉੱਤੇ ਈਐਚ ਹੁੰਦਾ ਹੈ ਇੰਗਲਿਸ਼ ਪਲੱਸ ਹਿੰਦੀ ਇੰਗਲਿਸ਼ ਦੇ ਵਿੱਚ ਵੀਡੀਓ ਹੁੰਦੀ ਆ ਉਹਨਾਂ ਮੀਡੀਅਮ ਦੇ ਬੱਚਿਆਂ ਦੇ ਲਈ ਤਿਆਜ ਸਾਡਾ ਜਿਹੜਾ ਟਾਪਿਕ ਹੈ ਉਹ ਹੈ ਲੈਜਰ ਲੈਜਰ ਵੈਰੀ ਇੰਪੋਰਟੈਂਟ ਟਾਪਿਕ ਲੈਜਰ ਕੀ ਹੁੰਦਾ ਉਹਦਾ ਪਰਫਾਰਮਾ ਕੀ ਆਉਦੀ ਪੋਸਟਿੰਗ ਕਿਵੇਂ ਕਰੀਦੀ ਹੈ ਓਪਨਿੰਗ ਜਰਨਲ ਐਂਟਰੀ ਪੋਸਟਿੰਗ ਲੈਜਰ ਦੇ ਵਿੱਚ ਕਿਵੇਂ ਕਰਦੇ ਨੇ ਕੰਪਾਊਂਡ ਐਂਟਰੀ ਪੋਸਟਿੰਗ ਕਿਵੇਂ ਕਰਦੇ ਨੇ ਅੱਜ ਆਪਾਂ ਸਾਰਾ ਇਸ ਪਾਰਟ ਫਰਸਟ ਦੇ ਵਿੱਚ ਕਰਾਂਗੇ ਲੈਜਰ ਨਾਲ ਸੰਬੰਧਤ lettes move ahead with me with today's topic yes student first of all we are going to discuss about ledger ledger ਕੀ ਚੀਜ਼ ਹੈ लेजर इज द मोस्ट इंपोर्टेंट बुक ऑफ अकाउंटिंग बहुत महत्वपूर्ण किताब है वी इट कंटेेंस रिकॉर्ड ऑफ क्लासिफाइड रिकॉर्ड ऑफ ऑल बिजनेस ट्रांजैक्शंस पहले एक वरी पढ़ लो तो मैं समझाना है की चीज है इट कंटेेंस रिकॉर्ड ऑफ क्लासिफाइड रिकॉर्ड ऑफ ऑल बिजनेस ट्रांजैक्शन बिजनेस जेने भी लेनदेन ने उसका वर्गीकरण करके हर एक टाइप दे अकाउंट नु अलग-अलग करके ਇਹਦੇ ਵਿੱਚ ਸਾਰਾ ਰਿਕਾਰਡ ਤਿਆਰ ਕੀਤਾ ਜਾਂਦਾ ਹੈ ਬਿਜ਼ਨਸ ਦੀ ਹਰ ਇੱਕ ਟ੍ਰਾਂਜੈਕਸ਼ਨ ਦਾ ਡਿਪੈਂਡਸ ਔਨ ਦਾ ਬਿਜ਼ਨਸ ਟ੍ਰਾਂਜੈਕਸ਼ਨਸ ਲੈਜ਼ਰ ਕੰਟੇਨਸ ਆਲ ਦਾ ਅਕਾਊਂਟਸ ਅੰਡਰ ਪਾਰਟਿਕੂਲਰ ਹੈਡ ਫੋਰ ਐਗਜ਼ਾਮਪਲ ਕੈਸ਼ ਅਕਾਊਂਟ ਬੈਂਕ ਅਕਾਊਂਟ ਪਰਚੇਸ ਅਕਾਊਂਟ ਸੇਲਸ ਅਕਾਊਂਟ ਐਂਡ ਮੈਨੀ ਮੋਰ ਇਹਦਾ ਮਤਲਬ ਸਮਝੋ ਬਿਜ਼ਨਸ ਦੇ ਵਿੱਚ ਜਦੋਂ ਵੀ ਕੋਈ ਟ੍ਰਾਂਜੈਕਸ਼ਨ ਹੁੰਦੀ ਹੈ ਜਦੋਂ ਅਸੀਂ ਜਰਨਲ ਐਂਟਰੀਜ਼ ਕਰਦੇ ਆ ਇਸ ਤੋਂ ਪਹਿਲਾਂ ਅਸੀਂ ਜਾਣਦੇ ਆ ਕਿ ਜਰਨਲ ਐਂਟਰੀਜ਼ ਹੁੰਦੀਆਂ ਨੇ ਲੈਜ਼ਰ ਤੋਂ ਪਹਿਲਾਂ ਤਾਂ ਉੱਥੇ ਹਰ ਟ੍ਰਾਂਜੈਕਸ਼ਨ ਦੇ ਵਿੱਚ ਕੋਈ ਅਕਾਊਂਟ ਡੈਬਿਟ ਹੁੰਦਾ ਕੋਈ ਕ੍ਰੈਡਿਟ ਸਾਰੇ ਦੇ ਸਾਰੇ ਅਕਾਊਂਟ ਮਿੰਗਲਡ ਹੋ ਜਾਂਦੇ ਨੇ ਮਿਕਸ ਹੋ ਜਾਂਦੇ ਨੇ ਸਾਨੂੰ ਇਹ ਨਹੀਂ ਪਤਾ ਕਿ ਕਿਸੇ ਅਕਾਊਂਟ ਦੇ ਵਿੱਚ ਟੋਟਲ ਇੱਕ ਮਹੀਨੇ ਦੇ ਦੌਰਾਨ ਉਸ ਬਿਜ਼ਨਸ ਕਿੰਨੀਆਂ ਟ੍ਰਾਂਜੈਕਸ਼ਨ ਹੋਈਆਂ ਇਸ ਚੀਜ਼ ਨੂੰ ਜਾਣਨ ਦੇ ਲਈ ਹਰ ਟਾਈਪ ਦੇ ਅਕਾਊਂਟ ਨੂੰ ਇੱਕ ਪਾਰਟਿਕੂਲਰ ਹੈਡ ਦੇ ਅੰਡਰ ਇੱਕ ਪਰਫਾਰਮਾ ਤਿਆਰ ਕੀਤਾ ਜਾਂਦਾ ਇੱਕ ਅਕਾਊਂਟ ਤਿਆਰ ਕੀਤਾ ਜਾਂਦਾ ਉਹਨੂੰ ਅਸੀਂ ਲੈਜਰ ਕਹਿੰਦੇ ਹਾਂ ਲੈਜਰ ਇਜ਼ ਅ ਚੀਫ ਬੁੱਕ ਆਫ ਅਕਾਊਂਟਸ ਐਂਡ ਇਨ and you need all the business transaction find their place under their account in a duly classified form very important line ledger bahut important book hai chief book of accounts hai tere vich har ek transaction apni jagah prapat kar di hai kis tarah de nal prapat kar ledger de vich jadon bhi asi journal entries karde ha har ek type di ਯਸ ਇਸ ਗੱਲ ਨੂੰ ਸਮਝਣ ਲਈ ਇੱਕ ਗੱਲ ਸਮਝੋ ਕਿ ਜਦੋਂ ਵੀ ਜਰਨਲ ਐਂਟਰੀ ਹੁੰਦੀ ਹੈ ਉਦੋਂ ਕੋਈ ਅਕਾਊਂਟ ਡੈਬਿਟ ਹੁੰਦਾ ਹੈ ਕੋਈ ਅਕਾਊਂਟ ਕ੍ਰੈਡਿਟ ਹੁੰਦਾ ਹੈ ਜਦੋਂ ਵੀ ਬਿਜ਼ਨਸ ट्रांजैक्शन ਜਰਨਲ ਐਂਟਰੀ ਦੇ ਰੂਪ ਦੇ ਵਿੱਚ ਬਿਜ਼ਨਸ ਦੇ ਡਿਫਰੈਂਟ ਬੁక్స్ ਦੇ ਵਿੱਚ ਜਰਨਲਸ ਰਿਕਾਰਡ ਕਰਦੇ ਹਨ ਤਾਂ ਉਸ ਤੋਂ ਬਾਅਦ ਲੈਜਰ ਦੇ ਵਿੱਚ ਕੀ ਹੁੰਦਾ ਹੈ ਹਰੇਕ ट्रांजैक्शन ਦਾ ਹਰ ਅਕਾਊਂਟ ਦੋ ਤਿੰਨ ਜਿੰਨੇ ਵੀ ਅਕਾਊਂਟ ਇਫੈਕਟਡ ਹੋਏ ਨੇ ਉਹ ਬੜਾ ਵਰਗੀਕ੍ਰਿਤ ਰੂਪ ਚ ਆਪਣੇ ਆਪਣੇ ਅਕਾਊਂਟ ਦੇ ਵਿੱਚ ਕਲਾਸੀਫਾਈਡ ਹੋ ਕੇ ਇਕੱਠਾ ਦਿਖਦਾ ਵਿਦ ਲੇਜ਼ਰ ਪੋਸਟਿੰਗ ਇਹ ਗੱਲ ਇਸ ਗੱਲ ਨੂੰ ਧਿਆਨ ਚ ਰੱਖੋ ਮੰਨ ਲਓ ਸਾਰੀ ਪਰਚੇਸ ਇਸ ਬਿਜ਼ਨਸ ਕੀ ਨਿਕ ਨਹੀਂ ਪਰਚੇਸ ਹੋਈ ਹੈ ਉਹ ਪਰਚੇਸ ਅਕਾਊਂਟ ਚ ਦਿਖੇਗੀ ਸੇਲ ਕਿ ਨਹੀਂ ਹੋਈ ਹੈ ਸੇਲਸ ਅਕਾਊਂਟਸ ਦਿਖੇਗੀ ਬਿਜ਼ਨਸ ਚ ਕੈਸ਼ ਦੀ ਕੀ ਪੋਜੀਸ਼ਨ ਹੈ ਉਹ ਕੈਸ਼ ਅਕਾਊਂਟਸ ਦਿਖੇਗੀ ਬੈਂਕ ਬੈਲੈਂਸ ਦੀ ਕੀ ਪੋਜੀਸ਼ਨ ਹੈ ਉਹ ਸਾਰੋ ਸਾਨੂੰ ਬੈਂਕ ਬੈਲੈਂਸ ਮਿਲੇਗਾ ਇਸੇ ਤਰ੍ਹਾਂ ਹੀ ਬੈਂਕ ਅਕਾਊਂਟਸ ਮਿਲੇਗਾ ਇਸੇ ਤਰ੍ਹਾਂ ਹਰ ट्रांजैक्शन ਨਾਲ ਜੋ ਜੋ ਅਕਾਊਂਟ ਇਫੈਕਟਡ ਹੁੰਦਾ ਹੈ ਲੈਜਰ ਪੋਸਟਿੰਗ ਦੇ ਨਾਲ ਉਹ ਕਲਾਸੀਫਾਈਡ ਹੋ ਕੇ ਕੰਬਾਈਨਡ ਰੂਪ ਦੇ ਵਿੱਚ ਸਾਨੂੰ ਦਿਖਣਾ ਸ਼ੁਰੂ ਹੋ ਜਾਂਦਾ ਹੈ ਨੈਕਸਟ ਵਨ ਟਾਈਪਸ ਆਫ ਲੈਜ਼ਰ ਅਕਾਊਂਟ ਜਦੋਂ ਕਿ ਸਿਲੇਬਸ ਦਾ ਪਾਰਟ ਨਹੀਂ ਜਨਰਲੀ ਆਪਾਂ ਦੇਖਦੇ ਹਾਂ ਸੇਲ ਲੈਜ਼ਰ ਸੇਲ ਤਿੰਨ ਟਾਈਪ ਦੇ ਟਾਈਪਸ ਆਫ ਲੈਜ਼ਰ ਮੰਨੇ ਜਾਂਦੇ ਨੇ ਸੇਲਸ ਲੈਜ਼ਰ ਪਰਚੇਸ ਲੈਜ਼ਰ ਐਂਡ ਜਨਰਲ ਲੈਜ਼ਰ ਸੇਲਸ ਲੈਜ਼ਰਸ ਕੀ ਹੁੰਦਾ ਹੈ ਸੇਲ ਲੈਜ਼ਰ ਇਜ਼ ਅ ਲੈਜ਼ਰ ਇਨ ਵਿਚ ਦਾ ਕੰਪਨੀ ਮੇਨਟੇਨ ਦਾ ਟ੍ਰਾਂਜੈਕਸ਼ਨ ਆਫ ਸੇਲਿੰਗ ਦਾ ਪ੍ਰੋਡਕਟ ਸਰਵਿਸਿਸ ਔਰ ਕੋਸਟ ਆਫ ਗੁੱਡਸ ਸੋਲਡ ਟੂ ਦਾ ਕਸਟਮਰ ਯਾ ਇਸ ਦੇ ਵਿੱਚ ਸੇਲ ਸ਼ੋ ਕੀਤੀ ਜਾਂਦੀ ਹੈ ਚਾਹੇ ਗੁੱਡਸ ਵੇਚੇ ਜਾਂ ਜਾਂ ਸਰਵਿਸਿਸ ਪਰਚੇਸ ਲੈਜ਼ਰ ਦੇ ਵਿੱਚ ਇਸੇ ਤਰ੍ਹਾਂ ਪਰਚੇਸਿੰਗ of any goods and services or goods from other business jo bhi purchase kiti jandi hai eh uh, goods ya ja services de roop de vich oh purchase ledger ch hundi hai third one is a journal ledger journal ledger is divided in two types journal ledger diyan do types ne ik ta hai nominal ledger te ik private ledger nominal ledgers kide kide aunde ne it, uh, these ledgers give information on all type of expenses incomes depreciation insurance etc jide is type de ਇਨਫੋਰਮੇਸ਼ਨ ਹੈ ਉਹ ਸਾਨੂੰ ਮਿਲਦੀ ਹੈ ਨੋਮినਲ ਲੈਜਰਸ ਦੇ ਵਿੱਚ ਤੇ ਪ੍ਰਾਈਵੇਟ ਲੈਜਰਸ ਕਹੜੇ ਹੁੰਦੇ ਨੇ ਜਿਹੜੇ ਬਿਜ਼ਨਸ ਦੀ ਨਿੱਜੀ ਜਾਣਕਾਰੀ ਆਪਣੇ ਕੋਲ ਰੱਖਦੇ ਨੇ ਸੈਲਰੀਜ਼ ਵੇਜੇਜ਼ ਕੈਪੀਟल्स ਉਹ ਸਾਰੇ ਦੇ ਸਾਰੇ ਨੇ ਪ੍ਰਾਈਵੇਟ ਲੈਜਰਸ ਕਹਾਂਦੇ ਨੇ ਸਮਝ ਲੱਗਿਆ ਇਹ ਇੰਨਾ ਰੈਲੇਵੈਂਸ ਨਹੀਂ ਪਲੱਸ 1 ਲੈਵਲ ਦੇ ਉੱਤੇ ਪਰ ਫਿਰ ਵੀ ਧਿਆਨ ਰੱਖਿਓ ਕਿ देयर आर 3 ਟਾਈਪਸ ਆਫ ਲੈਜਰਸ ਨੈਕਸਟ ਵਨ ਪਰਫਾਰਮਰ ਆਫ ਲੈਜਰ ਵੈਰੀ ਇੰਪੋਰਟੈਂਟ ਪਾਰਟ ਲੈਜਰ ਦਾ ਪਰਫਾਰਮਰ ਦੇਖਦੇ ਆਂ ਸਭ ਤੋਂ ਪਹਿਲਾਂ ਇੱਕ ਗੱਲ ਧਿਆਨ ਰੱਖੋ ਜਿੰਨਾ ਟੋਟਲ ਕਿਸੇ ਸ਼ੀਟ ਦੇ ਉੱਪਰ ਅਸੀਂ ਲੈਜਰ ਅਕਾਊਂਟ ਬਣਾਣਾ ਹੈ ਸਭ ਤੋਂ ਪਹਿਲਾਂ ਸੈਂਟਰ ਦੇ ਵਿੱਚ ਨੇਮ ਆਫ ਦਾ ਲੈਜਰ ਅਕਾਊਂਟ ਕੈਸ਼ ਅਕਾਊਂਟ ਬੈਂਕ ਅਕਾਊਂਟ ਜਿਹੜਾ ਵੀ ਅਕਾਊਂਟ ਹੈ ਜੋ ਅਕਾਊਂਟ ਇਫੈਕਟਡ ਹੁੰਦਾ ਹੈ ਕਿਸੇ ਬਿਜ਼ਨਸ ਦੀ ਟ੍ਰਾਂਜੈਕਸ਼ਨ ਕਰਕੇ ਉਹਦਾ ਨਾਮ ਆਣਗੇ ਦੂਸਰਾ ਜੋ ਵੀ ਲੈਜਰ ਹੈ ਸੈਂਟਰ ਦੇ ਵਿੱਚੋਂ 50 50% ਅੱਧਾ ਅੱਧਾ ਹੋ ਜਾਂਦਾ ਹੈ ਜੋ ਕਾਲਮ ਲੈਫਟ ਹੈਂਡ ਸਾਈਡ ਦੇ ਨੇ ਉਹ ਡੈਬਿਟ ਸਾਈਡ ਕਾ ਆਉਂਦੀ ਹੈ ਜਿੰਨੇ ਵੀ ਕਾਲਮ ਸੇਮ ਕਾਲਮ ਰਾਈਟ ਹੈਂਡ ਸਾਈਡ ਦੇ ਨੇ ਉਹ ਕ੍ਰੈਡਿਟ ਸਾਈਡ ਕਾ ਆਉਂਦੀ ਹੈ ਕਾਲਮਸ ਕਿਹੜੇ ਕਿਹੜੇ ਨੇ ਡੇਟ ਪਾਰਟਿਕੂਲਰਸ ਜੀ ਐਫ ਦਾ ਮਤਲਬ ਜਰਨਲ ਫੋਲੀਓ ਜਰਨਲ ਦੇ ਜਿਸ ਪੇਜ ਤੋਂ ਉਸ ਅਕਾਊਂਟ ਦੀ ਪੋਸਟਿੰਗ ਹੋ ਰਹੀ ਹੈ ਲੈਜ਼ਰ ਅਕਾਊਂਟ ਦੇ ਵਿੱਚ ਜਰਨਲ ਦਾ ਪੇਜ ਨੰਬਰ ਜੀ ਐਫ ਦੇ ਰੂਪ ਚ ਇੱਥੇ ਲਿਖਿਆ ਜਾਂਦਾ ਹੈ ਤੇ ਸੇਮ ਲੈਜ਼ਰ ਅਕਾਊਂਟ ਦੀ ਬੁੱਕ ਦੇ ਵਿੱਚੋਂ ਲੈਜ਼ਰ ਦਾ ਪੇਜ ਨੰਬਰ LF ਦੇ ਰੂਪ ਦੇ ਵਿੱਚ ਜਰਨਲ ਚ ਲਿਖਦੇ ਆ ਇਹ ਧਿਆਨ ਰੱਖਿਓ ਕਿਉਂਕਿ ਯਾਦ ਹੋਏਗਾ ਤੁਹਾਨੂੰ ਜਰਨਲ ਦੇ ਵਿੱਚ ਇੱਕ ਕਾਲਮ ਹੁੰਦੀ ਹੈ LF ਲੈਜਰ ਫੋਲਿਓ ਲੈਜਰ ਦਾ ਪੇਜ ਨੰਬਰ ਜਰਨਲ ਦੇ ਵਿੱਚ ਜਰਨਲ ਦਾ ਪੇਜ ਨੰਬਰ ਜਿੱਥੇ ਉਹ ट्रांजैक्शन ਦਾ ਅਕਾਊਂਟ ਹੈ ਉਹ ਲੈਜਰ ਦੇ ਵਿੱਚ ਅਮਾਉਂਟ ਉਸ ਤੋਂ ਬਾਅਦ ਸੇਮ ਕਾਲਮ ਕ੍ਰੈਡਿਟ ਸਾਈਡ ਦੇ ਨੇ ਡੇਟ ਪਾਰਟਿਕੂਲਰ ਜਰਨਲ ਫੋਲਿਓ ਐਂਡ ਅਮਾਉਂਟ ਜਿਹੜੀ ਲੈਫਟ ਹੈਂਡ ਸਾਈਡ ਹੈ ਡੈਬਿਟ ਸਾਈਡ ਰਾਈਟ ਹੈਂਡ ਸਾਈਡ ਹੈ ਕ੍ਰੈਡਿਟ ਸਾਈਡ 메ਨ ਕਾਲਮ ਧਿਆਨ ਰੱਖੋ ਡੇਟ ਜਿੱਥੇ ਡੇਟ ਦਿਖਾਨੀ ਆਸੀ 트랜ਜੈਕਸ਼ਨ ਦੀ ਪਾਰਟਿਕੂਲਰਸ ਦੇ ਵਿੱਚ ਅਸੀਂ ਵਿਵਰਣ ਲਿਖਾਂਗੇ ਉਹਦਾ ਡਿਟੇਲ ਡਿਸਕ੍ਰਿਪਸ਼ਨ ਜਰਨਲ ਫੋਲੀਓ ਦੇ ਵਿੱਚ ਜਰਨਲ ਦਾ ਪੇਜ ਨੰਬਰ ਅਮਾਉਂਟ ਦੇ ਵਿੱਚ ਅਸੀਂ ਉਹ 트랜ਜੈਕਸ਼ਨ ਦਾ ਅਮਾਉਂਟ ਲਿਖਾਂਗੇ ਜਿਹੜੀ ਬਿਜ਼ਨਸ 트랜ਜੈਕਸ਼ਨ ਦੇ ਕਾਰਨ ਅਮਾਉਂਟ ਇਫੈਕਟਡ ਹੋਇਆ ਹੈ ਆਪਾਂ ਇਹਨੂੰ ਹੋਰ ਕਲੀਅਰ ਕਰਦੇ ਹਾਂ ਸਪੈਸੀਮਨ ਆਫ ਲੈਜਰ ਦਿੱਤਾ ਹੋਇਆ ਹੈ ਇਹਦੇ ਵਿੱਚ ਸ਼ੋ ਕਿਵੇਂ ਕਰਨਾ ਹੈ ਉਹਦਾ ਪਰਫਾਰਮਾਂਸ ਹੀ ਸਭ ਤੋਂ ਪਹਿਲਾਂ ਜਿਹੜਾ ਵੀ ਅਕਾਊਂਟ ਹੈ ਉਹਨੂੰ ਲੱਭੋ ਜਿਸ ਅਕਾਊਂਟ ਦੇ ਉੱਪਰ ਜਰਨਲ ਐਂਟਰੀ ਦਾ ਇੰਪੈਕਟ ਪਿਆ ਹੈ ਫੋਰ ਐਗਜ਼ਾਮਪਲ ਇੱਕ ਐਂਟਰੀ ਹੈ ਕੈਸ਼ ਅਕਾਊਂਟ ਡੈਬਿਟ ਟੂ ਮਸ਼ੀਨਰੀ ਮੰਨ ਲਓ ਇਸ ਤਰ੍ਹਾਂ ਦੀ ਐਂਟਰੀ ਹੈ ਮਸ਼ੀਨਰੀ ਵੇਚਤੀ ਬਿਜ਼ਨਸ ਨੇ ਕੈਸ਼ ਅਕਾਊਂਟ ਡੈਬਿਟ ਟੂ ਮਸ਼ੀਨਰੀ ਦੋ ਕਾਊਂਟ ਨੇ ਸਾਨੂੰ ਲੋਕੇਟ ਕਰਨੇ ਪੈਣਗੇ ਇੱਕ ਕੈਸ਼ ਅਕਾਊਂਟ ਇੱਕ ਮਸ਼ੀਨਰੀ ਅਕਾਊਂਟ ਮੰਨ ਲਓ ਬਿਜ਼ਨਸ ਨੇ ਪਰਚੇਜ਼ ਕੀਤੀ ਕੈਸ਼ ਪਰਚੇਜ਼ ਅਕਾਊਂਟ ਡੈਬਿਟ ਟੂ ਕੈਸ਼ ਦੋ ਕਾਊਂਟ ਸਾਨੂੰ ਲੱਭਣੇ ਪੈਣਗੇ ਜਾਂ ਬਣਾਉਣੇ ਪੈਣਗੇ ਇੱਕ ਪਰਚੇਜ਼ ਇੱਕ ਕੈਸ਼ ਕਲੀਅਰ ਹੋ ਗਿਆ ਮੰਨ ਲਓ ਅਸੀਂ ਉਹ ਪਾਰਟਿਕੂਲਰ ਲੈਜਰ ਅਕ ਉਸ ਤੋਂ ਬਾਅਦ ਧਿਆਨ ਰੱਖੋ ਡੇਟ ਵਾਲੇ ਕਾਲਮ ਚ ਡੇਟ ਆਏਗੀ ਪਾਰਟਿਕੂਲਰ ਵਾਲੇ ਦੇ ਵਿੱਚ ਦਿਖਾਉਣ ਦੇ ਦੋਨੋਂ ਅਲੱਗ-ਅਲੱਗ ਢੰਗ ਨੇ ਡੈਬਿਟ ਸਾਈਡ ਤੇ ਹੋਰ ਢੰਗ ਹੈ ਕ੍ਰੈਡਿਟ ਸਾਈਡ ਤੇ ਹੋ ਰਿਹਾ ਹੈ ਜੀ ਐਫ ਦੇ ਵਿੱਚ ਜਰਨਲ ਦਾ ਪੇਜ ਨੰਬਰ ਆਏਗਾ ਅਮਾਉਂਟ ਦੇ ਵਿੱਚ ਅਮਾਉਂਟ ਆਏਗਾ ਮੇਨ ਸਭ ਤੋਂ ਇੰਪੋਰਟੈਂਟ ਗੱਲ ਪਾਰਟਿਕੂਲਰਸ ਦੇ ਬਾਰੇ ਨੰਬਰ 3 ਦੇਖੋ ਇਹ ਤੇ ਐਂਟਰੀ ਇਨ ਦਾ ਡੈਬਿਟ ਸਾਈਡ ਆਫ ਲੈਜਰ ਇਨ ਪਾਰਟਿਕੂਲਰ ਕਾਲਮ ਦਾ ਨੇਮ ਆਫ ਦਾ ਅਕਾਊਂਟ ਕ੍ਰੈਡਿਟਡ ਵਿਦ ਪ੍ਰੀਫਿਕਸ ਟੂ ਬੜਾ ਇੰਪੋਰਟੈਂਟ ਹੈ ਕਿਸੇ ਜਰਨਲ ਐਂਟਰੀ ਦੇ ਵਿੱਚ ਮਨ ਲਓ ਇਹ ਕੈਸ਼ ਅਕਾਊਂਟ ਹੈ ਮਸ਼ੀਨਰੀ ਅਕਾਊਂਟ ਅਸੀਂ ਕ੍ਰੈਡਿਟ ਕੀਤਾ ਸੀ ਤਾਂ ਜੇ ਇਹ ਕੈਸ਼ ਅਕਾਊਂਟ ਹੈ ਤਾਂ ਡੈਬਿਟ ਸਾਈਡ ਦੇ ਉੱਪਰ ਉਹ ਅਕਾਊਂਟ ਆਂਦਾ ਹੈ ਜਿਹੜਾ ਉਸ ट्रांजੈਕਸ਼ਨਸ ਦੇ ਕਰਕੇ ਕੈਸ਼ ਅਕਾਊਂਟ ਕਰਕੇ ਕ੍ਰੈਡਿਟ ਹੋਇਆ ਹੈ ਕੈਸ਼ ਅਕਾਊਂਟ ਡੈਬਿਟ ਟੂ ਮਸ਼ੀਨਰੀ ਤਾਂ ਇੱਥੇ ਮਸ਼ੀਨਰੀ ਆਏਗਾ ਤੇ ਨਾਲ ਪ੍ਰੀਫਿਕਸ ਮੀਨਸ ਉਸ ਤੋਂ ਪਹਿਲਾਂ ਜਿਹੜਾ ਲੱਗਣਾ ਹੈ ਪ੍ਰੈਪੋਜੀਸ਼ਨ ਉਹ ਕੀ ਲੱਗਦੀ ਹੈ ਟੂ ਧਿਆਨ ਰੱਖਿਓ ਇਹ ਪ੍ਰੀਫਿਕਸ ਮਤਲਬ ਪਹਿਲਾ ਸ਼ਬਦ ਲੱਗਣਾ ਹੈ ਟੂ ਟੂ ਮਸ਼ੀਨਰੀ ਅਕਾਊਂਟ لیکن ਜੇ ਕੈਸ਼ ਅਕਾਊਂਟ ਕ੍ਰੈਡਿਟ ਹੁੰਦਾ ਤਾਂ ਕ੍ਰੈਡਿਟ ਸਾਈਡ ਦੇ ਉੱਤੇ ਆਣਾ ਤੇ ਮਸ਼ੀਨਰੀ ਮੰਨ ਲਓ ਡੈਬਿਟ ਹੁੰਦਾ ਤਾਂ ਕ੍ਰੈਡਿਟ ਸਾਈਡ ਤੇ ਜਦੋਂ ਵੀ ਸ਼ੋ ਕਰਨਾ ਐਂਟਰੀ ਇਨ ਦਾ ਕ੍ਰੈਡਿਟ ਸਾਈਡ ਆਫ ਲੈਜਰ ਇਨ ਪਰਟੀ ਕੋ ਕਾਲਮ ਦਾ ਨੇਮ ਆਫ ਦਾ ਅਕਾਊਂਟ ਡੈਬਿਟਡ ਵਿਦ ਪ੍ਰੀਫਿਕਸ ਬਾਏ ਜੇਕਰ ਕ੍ਰੈਡਿਟ ਸਾਈਡ ਤੇ ਅਸੀਂ ਸ਼ੋ ਕਰਨਾ ਕਿਸੇ ਅਕਾਊਂਟ ਨੂੰ ਕਿਹੜਾ ਸ਼ੋ ਕਰਨਾ ਹੈ ਉਹ ਮੈਂ ਅੱਗੇ ਦੱਸਦਾ ਡੈਬਿਟ ਸਾਈਡ ਤੇ ਜਦੋਂ ਵੀ ਪੋਸਟਿੰਗ ਹੋਏਗੀ ਟੂ ਲੱਗ ਕੇ ਅਕਾਊਂਟ ਦਾ ਨਾਮ ਆਏਗਾ ਤੇ ਕ੍ਰੈਡਿਟ ਸਾਈਡ ਤੇ ਬਾਈ ਦੇ ਨਾਲ ਸ਼ੋ ਕਰਦੇ ਆਂ ਬਟ ਫॉर ਯਰ ਕਾਈਂਡ ਇਨਫੋਰਮੇਸ਼ਨ ਦਸਾਂ ਅੱਜਕੱਲ ਕੰਪਿਊਟਰਾਈਜ਼ਡ ਯੂਗਾ ਟੂ ਤੇ ਬਾਈ ਦਾ ਜਮਾਨਾ ਖਤਮ ਸਿਰਫ ਸਾਈਡਸ ਜਾਂ ਡੈਬਿਟ ਜਾਂ ਕ੍ਰੈਡਿਟ ਲਿਖਣ ਵਾਲੀ ਕਲੀਅਰ ਹੋ ਜਾਂਦਾ ਬਟ ਕਿਉਂਕਿ ਸਾਡੀਆਂ ਬੁੱਕਸ ਤੇ ਵਿੱਚ ਸਟਿਲ ਸੇਮ ਪ੍ਰੋਸੀਜਰ ਹੈ ਆਪਾਂ ਐਵੇਂ ਹੀ ਚੱਲਾਂਗੇ ਡੈਬਿਟ ਸਾਈਡ ਤੇ ਜਦੋਂ ਵੀ ਕੋਈ ਅਕਾਊਂਟ ਲਿਖਾਂਗੇ ਕਿਹੜਾ ਲਿਖਣਾ ਹੈ ਉਹ ਮੈਂ ਅੱਗੇ ਸਿਖਾਣਾ ਹੈ ਟੂ ਤੇ ਕ੍ਰੈਡਿਟ ਸਾਈਡ ਤੇ ਜਦੋਂ ਵੀ ਲਿਖਣਾ ਹੈ ਤਾਂ ਬਾਈ ਇਟ ਸ਼ੁੱਡ ਬੀ ਕੀਪ ਇਨ ਮਾਈਂਡ ਨੈਕਸਟ ਈਅਰ ਸਟੂਡੈਂਟ ਨੈਕਸਟ ਆਜੋ ਹੁਣ ਆਪਾਂ ਇੱਕ ਕਿਸ ਤਰ੍ਹਾਂ ਲਿਖਣਾ ਹੈ ਕਿਵੇਂ ਕਰਨਾ ਹੈ ਉਹ ਸਮਝਾਂਦੇ ਹਾਂ ਇੱਕ ਐਗਜ਼ਾਮਪਲ ਲੈਂਦੇ ਆ ਧਿਆਨ ਨਾਲ ਦੇਖੋ ਮੈਂ ਇਥੇ ਸ਼ੋ ਕੀਤੀ ਹੋਈ ਹੈ ਐਗਜ਼ਾਮਪਲ ਰਿਕਾਰਡ ਦਾ ਫੋਲੋਇੰਗ ट्रांजैक्शन ਐਂਡ ਪੋਸਟ देम ਇਨਟੂ ਲੈਜਰ ਓਨ 1st डिसेंबर 2004 ਰਾਮ 스타ਟਡ ਬਿਜ਼ਨਸ ਵਿਦ ਕੈਪੀਟਲ ਆਫ ਰੁਪੀ 50000 ਰਾਮ ਨੇ 50000 ਦੀ ਕੈਪੀਟਲ ਨਾਲ ਬਿਜ਼ਨਸ ਸ਼ੁਰੂ ਕੀਤਾ ਜਰਨਲ ਐਂਟਰੀ ਕੀ ਹੋਗੀ ਸਾਰਿਆਂ ਨੂੰ ਪਤਾ ਹੈ ਕੈਸ਼ ਅਕਾਊਂਟ ਡੈਬਿਟ ਟੂ ਕੈਪੀਟਲ ਅਕਾਊਂਟ ਡੀਅਰ ਸਟੂਡੈਂਟ ਇੱਕ ਗੱਲ ਧਿਆਨ ਰੱਖਿਓ ਇਹ ਜਿਹੜਾ ਐਲ ਐਫ ਐ ਨੇ ਲੈਜਰ ਫੋਲੀਓ ਦਾ ਪੇਜ ਨੰਬਰ ਸ਼ੋਅ ਕੀਤਾ ਜੋ ਵੀ ਪੇਜ ਹੋਏਗਾ ਆਪਾਂ ਨੇ ਇੱਥੇ ਨਹੀਂ ਲਿਖਣਾ ਸਾਨੂੰ ਪਤਾ ਹੈ ਜਦੋਂ ਐਕਚੁਅਲ ਕਰਾਂਗੇ ਅਸੀਂ ਪ੍ਰੈਕਟੀਕਲੀ ਕਿਸੇ ਬਿਜ਼ਨਸ ਦੇ ਵਿੱਚ ਬੈਠ ਕੇ ਉਦੋਂ ਪੇਜ ਨੰਬਰ ਮੈਟਰ ਕਰਨਗੇ ਹੁਣ ਧਿਆਨ ਰੱਖੋ ਇਸ ਜਰਨਲ ਐਂਟਰੀ ਦੇ ਕਰਕੇ ਦੋ ਅਕਾਊਂਟ ਇਫੈਕਟਡ ਹੋਏ ਨੇ ਇੱਕ ਕੈਸ਼ ਇੱਕ ਕੈਪੀਟਲ ਜਿੰਨੇ ਅਕਾਊਂਟ ਵੀ ਜਰਨਲ ਦੀਆਂ ट्रांजੈਕਸ਼ਨਸ ਦੇ ਕਰਕੇ ਇਫੈਕਟਡ ਹੁੰਦੇ ਨੇ ਓਨੇ ਹੀ ਲੈਜਰ ਅਕਾਊਂਟ ਸਾਨੂੰ ਬਣਾਣੇ ਪੈਣਗੇ ਇੱਕ ਅਸੀਂ ਕੈਸ਼ ਅਕਾਊਂਟ ਬਣਾ ਲਿਆ ਇੱਕ ਕੈਪੀਟਲ ਅਕਾਊਂਟ ਬਣਾ ਲਿਆ ਸਮਝ ਲੱਗੀ ਮੇਰੀ ਗੱਲ ਇਹ ਬਿਜ਼ਨਸਮੈਨ ਰਾਮ ਸੀਤਾ ਰਾਮਜ਼ ਕੈਪੀਟਲ ਅਕਾਊਂਟ ਹੋ ਗਿਆ ਇਜ਼ ਇਟ ਕਲੀਅਰ ਇੱਕ ਗੱਲ ਹੋਰ ਨੋਟ ਕਰੋ ਜੇਕਰ ਬਾਰ-ਬਾਰ ਜਦੋਂ ट्रांजੈਕਸ਼ਨ ਹੁੰਦੀਆਂ ਨੇ ਕੋਈ ਅਕਾਊਂਟ ਦੂਸਰੀ ਤੀਸਰੀ ਜਾਂ ਦਸਵੀਂ ਵਾਰ ਆਂਦਾ ਹੈ ਤਾਂ ਉਹ ਅਕਾਊਂਟ ਬਾਰ-ਬਾਰ ਨਹੀਂ ਬਣਦਾ ਉਸ ਅਕਾਊਂਟ ਦੀਆਂ ਜਿੰਨੀਆਂ ਵੀ ਟ੍ਰਾਂਜੈਕਸ਼ਨਸ ਹੋਣੀਆਂ ਇੱਕੋ ਹੀ ਅਕਾਊਂਟ 'ਚ ਆਣਗੀਆਂ ਮੰਨ ਲਓ ਬਿਜ਼ਨਸ ਦੇ ਵਿੱਚ 10 ਟ੍ਰਾਂਜੈਕਸ਼ਨਸ ਹੋਈਆਂ ਇਹੋ ਜਿਹੀਆਂ ਹੋਈਆਂ ਜਿਸ 'ਚ ਕੈਸ਼ ਡੈਬਿਟ ਜਾਂ ਕ੍ਰੈਡਿਟ ਹੋਇਆ ਤਾਂ ਸਿਰਫ ਇਸੇ ਕੈਸ਼ ਅਕਾਊਂਟ ਚ ਆਣੀ ਹੈ ਜੋ ਸੀ ਇੱਕ ਵਾਰੀ ਬਨਾਤਾ ਇਜ਼ ਇਟ ਕਲੀਅਰ ਇਸੇ ਤਰ੍ਹਾਂ ਹਰ ਇੱਕ ਹੈਡ ਦਾ ਧਿਆਨ ਰੱਖੋ ਜਿਹੜਾ ਅਕਾਊਂਟ ਇੱਕ ਵਾਰੀ ਬਨ ਗਿਆ ਇੱਕ ਬਿਜ਼ਨਸ ਦੇ ਵਿੱਚ ਉਹ ਬਾਰ-ਬਾਰ ਹਰ ਬਾਰ ਨਵੀਂ ट्रांजੈਕਸ਼ਨਸ ਦੇ ਨਾਲ ਨਵਾਂ ਅਕਾਊਂਟ ਸੇਮ ਨਹੀਂ ਬਨਦਾ ਉਸ ਅਕਾਊਂਟ ਦੇ ਵਿੱਚ ਹੀ ਸਾਰੀਆਂ ਬਿਜ਼ਨਸ ट्रांजੈਕਸ਼ਨਸ ਦੀ ਪੋਸਟਿੰਗ ਹੁੰਦੀ ਹੈ ਲੈਜਰ ਦਾ ਜਿਹੜਾ ਲਿਖਣਾ ਹੈ ਉਹਨੂੰ ਪੋਸਟਿੰਗ ਕਹਿੰਦੇ ਨੇ ਧਿਆਨ ਰੱਖਿਓ ਦਿਮਾਗ 'ਚ ਹੁਣ ਪੋਸਟਿੰਗ ਕਰਨੀ ਕਿਵੇਂ ਆ ਇੱਕ ਤਾਂ ਅਸੀਂ ਕੈਸ਼ ਅਕਾਊਂਟ ਬਣਾਤਾ ਇੱਕ ਕੈਪੀਟਲ ਕਿਉਂਕਿ ਦੋ ਅਕਾਊਂਟ ਇਫੈਕਟਡ ਹੋ ਰਹੇ ਸੀ ਸਭ ਤੋਂ ਪਹਿਲਾਂ ਡੀਅਰ ਸਟੂਡੈਂਟ ਆਰਾਮ ਨਾਲ ਪੇਸ਼ੈਂਟਲੀ ਸੋਚੋ ਜਰਨਲ ਐਂਟਰੀ ਚ ਕੈਸ਼ ਅਕਾਊਂਟ ਨੂੰ ਕੀ ਕੀਤਾ ਗਿਆ ਡੈਬਿਟ ਤਾਂ ਸਾਫ਼ ਹੈ ਕੈਸ਼ ਅਕਾਊਂਟ ਦੀ ਡੈਬਿਟ ਸਾਈਡ ਤੇ ਅਸੀਂ ਪੋਸਟਿੰਗ ਕਰਾਂਗੇ ਤੇ ਦਿਖਾਵਾਂਗੇ ਕਿ ਦੂਸਰਾ ਅਕਾਊਂਟ ਜਿਹਦਾ ਅਸਰ ਕੈਸ਼ ਦੇ ਉੱਪਰ ਪਿਆ ਹੈ ਉਹ ਹੈ ਕੈਪੀਟਲ ਡੈਬਿਟ ਸਾਈਡ ਤੇ ਮੈਂ ਪਹਿਲਾਂ ਦੱਸਿਆ 2 ਨਾਲ ਸ਼ੋ ਕਰਦੇ ਹਾਂ 2 ਕੈਪੀਟਲ ਅਕਾਊਂਟ 50000 ਕੈਪੀਟਲ ਸੀ ਇਹ ਵਾਲੀ ਇੱਥੇ ਆ ਗਿਆ ਕਲੀਅਰ ਡੈਬਿਟ ਸਾਈਡ ਤੇ ਕਿਸੇ ਅਕਾਊਂਟ ਦੇ ਉਹ ਅਕਾਊਂਟ ਸ਼ੋਅ ਕਰਦੇ ਨੇ ਜਿਹੜਾ ਉਸ ਅਕਾਊਂਟ ਕਰਕੇ ਕ੍ਰੈਡਿਟ ਅਕਾਊਂਟ ਹੋਇਆ ਹੋਵੇ ਇਸੇ ਤਰ੍ਹਾਂ ਦੂਸਰੀ ਜਰਨਲ ਐਂਟਰੀ ਦੇ ਵਿੱਚ ਦੇਖੋ ਕੈਪੀਟਲ ਅਕਾਊਂਟ ਨੂੰ ਕੀ ਕੀਤਾ ਗਿਆ ਕ੍ਰੈਡਿਟ ਤਾਂ ਕੈਪੀਟਲ ਅਕਾਊਂਟ ਦੀ ਕ੍ਰੈਡਿਟ ਸਾਈਡ ਤੇ ਸ਼ੋਅ ਕਰਾਂਗੇ ਪਰ ਕਿਹੜਾ ਅਕਾਊਂਟ ਸ਼ੋਅ ਕਰਾਂਗੇ ਜਿਹੜਾ ਕੈਪੀਟਲ ਕਰਕੇ ਅਕਾਊਂਟ ਡੈਬਿਟ ਹੋਇਆ ਹੈ ਡੈਬਿਟ ਕਿਹੜਾ ਹੋਇਆ ਕੈਸ਼ ਅਕਾਊਂਟ ਤਾਂ ਕੈਸ਼ ਅਕਾਊਂਟ ਇੱਥੇ ਸ਼ੋ ਕੀਤਾ ਕ੍ਰੈਡਿਟ ਸਾਈਡ ਤੇ ਤੇ ਨਾਲ ਪ੍ਰੀਪੋਜੀਸ਼ਨ ਕੀ ਲੱਗੀ ਆ ਬਾਏ ਇਹ ਮੈਂ ਪਹਿਲਾਂ ਦੱਸਿਆ ਡੈਬਿਟ ਸਾਈਡ ਤੇ ਜਦੋਂ ਸ਼ੋ ਕਰਨਾ ਹੈ ਟੂ ਕ੍ਰੈਡਿਟ ਸਾਈਡ ਤੇ ਬਾਏ ਕੈਸ਼ ਅਕਾਊਂਟ ਚ ਕੈਪੀਟਲ ਕੈਪੀਟਲ ਚ ਕੈਸ਼ ਵਨ ਥਿੰਗ ਕੀਪ ਇਨ ਮਾਈਂਡ ਸੇਮ ਅਕਾਊਂਟ ਚ ਸੇਮ ਅਕਾਊਂਟ ਦਾ ਨਾਮ ਨਹੀਂ ਹੁੰਦਾ ਕੈਸ਼ ਕੈਸ਼ ਨਹੀਂ ਲਿਖਣਾ ਕੈਪੀਟਲ ਚ ਕੈਪੀਟਲ ਨਹੀਂ ਲਿਖਣਾ ਇਹ ਧਿਆਨ ਰੱਖਿਓ कैश कैपिटल मशीनरी व्हाटएवर टाइप ऑफ अकाउंट इज असि ये देखना है कि उस अकाउंट ते जे ओ डेबिट है ता क्रेडिट केड़ा अकाउंट असर कर रहा है ਜੇ ਕ੍ਰੈਡਿਟ ਹੈ ਤਾਂ ਡੈਬਿਟ ਕਿਹੜਾ ਅਕਾਊਂਟ ਅਸਰ ਕਰ ਰਿਹਾ ਜਿਵੇਂ ਕੈਸ਼ ਦੇ ਉੱਪਰ ਕੈਸ਼ ਡੈਬਿਟ ਹੈ ਇਸ ਤੇ ਅਸਰ ਕਿਹੜਾ ਅਕਾਊਂਟ ਕਰ ਰਿਹਾ ਇਫੈਕਟ ਕਿਹੜਾ ਕਰ ਰਿਹਾ ਜਰਨਲ ਐਂਟਰੀ ਕਰਕੇ ਕੈਪੀਟਲ ਕੈਪੀਟਲ ਤੇ ਕਿਹੜਾ ਇਫੈਕਟ ਕਰ ਰਿਹਾ ਕੈਸ਼ ਜੇ ਕੈਸ਼ ਡੈਬਿਟ ਹੈ ਤਾਂ ਕੈਸ਼ ਅਕਾਊਂਟ ਦੀ ਡੈਬਿਟ ਸਾਈਡ ਤੇ ਸ਼ੋ ਕਰਨਾ ਹੈ ਦੂਸਰਾ ਅਕਾਊਂਟ ਜੇ ਕੈਪੀਟਲ ਕ੍ਰੈਡਿਟ ਹੈ ਤਾਂ ਕੈਪੀਟਲ ਅਕਾਊਂਟ ਦੀ ਕ੍ਰੈਡਿਟ ਸਾਈਡ ਤੇ ਪਰ ਉਹ ਅਕਾਊਂਟ ਸ਼ੋ ਕਰਦੇ ਆ ਜਿਹੜਾ ਡੈਬਿਟ ਹੋਵੇ ਡੈਬਿਟ ਸਾਈਡ ਤੇ ਟੂ ਦੇ ਨਾਲ ਕ੍ਰੈਡਿਟ ਸਾਈਡ ਤੇ ਬ ਪੋਸਟਿੰਗ ਆਫ ਓਪਨਿੰਗ ਜਰਨਲ ਐਂਟਰੀ ਆਪਾਂ ਇੱਕ ਹੁਣ ਗੱਲ ਕਰਦੇ ਆਂ ਕਿ ਬਿਜ਼ਨਸ ਦੇ ਵਿੱਚ ਓਪਨਿੰਗ ਜਰਨਲ ਐਂਟਰੀ ਕੀ ਹੁੰਦੀ ਹੈ ਕਿਸੇ ਵੀ ਮਹੀਨੇ ਜਾਂ ਪੀਰੀਅਡ ਦੇ ਸ਼ੁਰੂਆਤ ਦੇ ਵਿੱਚ ਬਿਜ਼ਨਸ ਦੇ ਜੋ ਪਿਛਲੇ ਲੈਜਰ ਅਕਾਊਂਟਸ ਦੇ ਬੈਲੈਂਸ ਹੁੰਦੇ ਨੇ ਉਹਨਾਂ ਨੂੰ ਅੱਗੇ ਬ੍ਰੋਡ ਡਾਊਨ ਕਰ ਲੈਂਦੇ ਨੇ ਅੱਗੇ ਲਿਆਉਂਦੇ ਨੇ ਅਗਲੇ ਮਹੀਨੇ ਦੀ ਫਰਸਟ ਡੇਟ ਨੂੰ ਅਗਲੇ ਪੀਰੀਅਡ ਦੀ ਫਰਸਟ ਡੇਟ ਨੂੰ ਫਿਰ ਜਿਹੜੀ ਐਂਟਰੀ ਪਾਸ ਆਊਟ ਹੁੰਦੀ ਹੈ ਉਹਨੂੰ ਅਸੀਂ ਓਪਨਿੰਗ ਜਰਨਲ ਐਂਟਰੀ ਕਹਿੰਦੇ ਆਂ ਉਹਦੀ ਲੈਜਰ ਪੋਸਟਿੰਗ ਕਿਵੇਂ ਹੁੰਦੀ ਹੈ lettes see this one cash in hand 20000 ਡੈਟਰਸ 40000 ਸਟਾਕ ਆਫ ਗoods 20000 ਇਨਪੁਟ CGST 4000 ਇਨਪੁਟ SGST 4000 ਇਨਪੁਟ IGST 2000 ਪਲਾਂਟ 20000 ਕ੍ਰੈਡੀਟਰ 50000 ਇਹਨਾਂ ਦੇ ਵਿੱਚੋਂ ਧਿਆਨ ਰੱਖੋ ਸਾਰੀਆਂ ਐਸੈਟਸ ਨੇ ਇਨਪੁਟ ਵਾਲੇ GST ਵੀ ਡੈਬਿਟ ਬੈਲੈਂਸ ਰੱਖਦੇ ਨੇ ਐਸੈਟਸ ਦੇ ਬੈਲੈਂਸ ਵੀ ਡੈਬਿਟ ਹੁੰਦੇ ਨੇ ਲਾਇਬਿਲਟੀਜ਼ ਦੇ ਬੈਲੈਂਸ ਕ੍ਰੈਡਿਟ ਹੁੰਦੇ ਨੇ ਆਉਟਪੁੱਟ GST ਦੇ ਬੈਲੈਂਸ ਜਿਹੜੇ ਕ੍ਰੈਡਿਟ ਹੁੰਦੇ ਨੇ ਐਜ਼ ਅ ਲਾਇਬਿਲਟੀ ਕਲੀਅਰ ਇਸ ਆਪਾ ওপਨਿੰਗ ਜਰਨਲ ਐਂਟਰੀ ਪਾਈਏ ਸਾਰੀ ਦੀ ਸਾਰੀਆਂ ਐਸੈਟਸ ਡੈਬਿਟ ਕੈਸ਼ ਅਕਾਊਂਟ ਡੈਬਿਟ ਡੈਟਸ ਅਕਾਊਂਟ ਡੈਬਿਟ ਸਟਾਕ ਅਕਾਊਂਟ ਡੈਬਿਟ ਇਨਪੁਟ CGST ਅਕਾਊਂਟ ਡੈਬਿਟ ਇਨਪੁਟ SGST ਅਕਾਊਂਟ ਡੈਬਿਟ ਇਨਪੁਟ IGST ਅਕਾਊਂਟ ਡੈਬਿਟ ਪਲਾਂਟ ਅਕਾਊਂਟ ਡੈਬਿਟ ਤੇ ਫਿਰ ਲਾਇਬਿਲਟੀਜ਼ ਦੀ ਵਾਰੀ ਆ ਗਈ ਟੂ ਕ੍ਰੈਡਿਟਰਸ ਕ੍ਰੈਡਿਟ ਕਰਤਾ ਹੁਣ ਧਿਆਨ ਨਾਲ ਦੇਖੋ ਜਦੋਂ ਅਸੀਂ ਲੈਫਟ ਹੈਂਡ ਸਾਈਡ ਦਾ ਟੋਟਲ ਕੀਤਾ ਤਾਂ ਜਿਹੜਾ ਉਹਦਾ ਟੋਟਲ ਸੀ ਉਹ ਆਇਆ ਸਾਡੇ ਕੋਲ ਆਲਮੋਸਟ 268 यस 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 110000 50000 क्रेडिटर्स ही बाकी बैलेंस ਕਿੰਨਾ ਬਚ ਗਿਆ 60000 यस 60000 ਹੈ ਇਹ ਧਿਆਨ ਰੱਖਿਓ ਇਹ ਅਮਾਉਂਟ ਅਸੀਂ ਬਿਲਕੁਲ ਸੇਮ ਸਟ੍ਰੇਟ ਲਾਈਨ ਜਿ ショਅ ਕਰਨੇ ਨੇ ਦੋਨੋਂ ਓਕੇ 50000 ਵੀ ਅਸੀਂ ਇੱਥੇ ਲਿਖ ਦਾਂਗੇ 60000 ਦੇ ਉੱਪਰ ਓਕੇ ਜਿਹੜਾ ਵੀ ਬੈਲੈਂਸ ਹੁੰਦਾ ਹੈ ਡੈਬਿਟ ਕ੍ਰੈਡਿਟ ਬਰਾਬਰ ਕਰਨ ਲਈ ਸਾਨੂੰ ਪਤਾ ਹੈ ਓਪਨਿੰਗ ਐਂਟਰੀ ਦੇ ਵਿੱਚੋਂ ਕੈਪੀਟਲ ਨੂੰ ਟਰਾਂਸਫਰ ਹੋ ਜਾਂਦਾ ਜੇਕਰ ਡੈਬਿਟ ਸਾਈਡ ਦਾ ਟੋਟਲ ਜ਼ਿਆਦਾ ਹੈ ਜੇ ਕ੍ਰੈਡਿਟ ਸਾਈਡ ਦਾ ਟੋਟਲ ਜ਼ਿਆਦਾ ਹੋਵੇ ਫਿਰ ਉਹ ਗੁੱਡਵਿਲ ਨੂੰ ਟ੍ਰਾਂਸਫਰ ਹੋ ਜਾਂਦਾ ਐਜ਼ ਅ ਐਸੈਟ ਹੁਣ ਧਿਆਨ ਰੱਖੋ ਡੈਬਿਟ ਸਾਈਡ ਦਾ ਟੋਟਲ 1,10,000 ਹੈ ਕ੍ਰੈਡਿਟ ਸਾਈਡ ਤੇ ਸਿਰਫ ਕ੍ਰੈਡਿਟਰਸ ਹੋਏ ਨੇ ਅਕਾਊਂਟ 50,000 ਦਾ 60,000 ਕੈਪੀਟਲ ਨੂੰ ਇਹ ਤਾਂ ਸੀ ਓਪਨਿੰਗ ਜਰਨਲ ਐਂਟਰੀ ਤੁਸੀਂ ਮੇਰੀ ਇਸ ਚੈਨਲ ਦੇ ਉੱਤੇ ਓਪਨਿੰਗ ਜਰਨਲ ਐਂਟਰੀ ਦੇ ਸਪੈਸ਼ਲ ਵੀਡੀਓਜ਼ ਨੇ ਉਹ ਦੇਖ ਸਕਦੇ ਹੋ ਮੇਨ ਅਸੀਂ ਕੀ ਦੇਖਣਾ ਹੈ ਹੁਣ ਪੋਸਟਿੰਗ ਕਿਵੇਂ ਕਰਨੀ ਹੈ ਡੀਅਰ ਸਟੂਡੈਂਟਸ ਇਸ ਓਪਨਿੰਗ ਐਂਟਰੀ ਚ ਦੇਖੋ ਕਿੰਨੇ ਅਕਾਊਂਟ ਨੇ 1 2 3 4 5 6 7 ਸੱਤ ਅਕਾਊਂਟ ਨੇ ਡੈਬਿਟ ਟੂ ਅਕਾਊਂਟ ਨੇ ਕ੍ਰੈਡਿਟ ਸਾਰਿਆਂ ਦੇ ਸਾਰੇ ਅਸੀਂ ਲੈਜਰ ਅਕਾਊਂਟ ਬਣਾਵਾਂਗੇ ਜਿਵੇਂ ਇੱਥੇ ਕੈਸ਼ ਅਕਾਊਂਟ ਬਣਾਇਆ ਫਿਰ ਡੈਟਸ ਅਕਾਊਂਟ ਸਟਾਕ ਅਕਾਊਂਟ ਸਾਰੇ ਦੇ ਸਾਰੇ ਅਕਾਊਂਟ ਬਣਾਵਾਂਗੇ ਅੱਗੇ ਮੈਂ ਸ਼ੋ ਕਰਦਾ ਪਹਿਲਾਂ ਆਪਾਂ ਇਕੱਲਾ ਕੈਸ਼ ਅਕਾਊਂਟ ਦੇਖੀਏ ਕੈਸ਼ ਅਕਾਊਂਟ ਨੂੰ ਓਪਨਿੰਗ ਜਰਨਲ ਇੰਟਰੀਸ ਡੈਬਿਟ ਕੀਤਾ ਗਿਆ ਕਿਉਂਕਿ ਇਹ ਬੈਲੈਂਸ ਹੈ ਕੋਈ ट्रांजैक्शन ਨਹੀਂ ਤਾਂ ਧਿਆਨ ਰੱਖਿਓ ਓਪਨਿੰਗ ਜਰਨਲ ਐਂਟਰੀ ਦੇ ਜੋ ਬੈਲੈਂਸ ਹੁੰਦੇ ਨੇ ਜਿੰਨੇ ਵੀ ਡੈਬਿਟ ਨੇ ਉਹਨਾਂ ਨੂੰ ਉਸ ਪਾਰਟਿਕੂਲਰ ਰੈਜ਼ਰ ਅਕਾਊਂਟ ਦੀ ਡੈਬਿਟ ਸਾਈਡ ਤੇ ਸ਼ੋਅ ਕਰਦੇ ਆ ਟੂ ਬੈਲੈਂਸ ਬਰੋ ਡਾਊਨ ਇਹ ਬੈਲੈਂਸ ਅੱਗੇ ਲਿਆਂਦਾ ਗਿਆ ਪਿਛਲੀ ਡੇਟ ਤੋਂ ਮੰਨ ਲਓ 30 ਜੂਨ ਨੂੰ ਬਿਜ਼ਨਸ ਦਾ ਅਕਾਊਂਟ ਕਲੋਜ਼ ਹੋਇਆ ਸੀ 1 ਜੁਲਾਈ ਨੂੰ ਤਾਂ ਬੈਲੈਂਸ ਸੇਮ ਅੱਗੇ ਹੋ ਜਾਂਦਾ ਹੈ ਬਰੋ ਡਾਊਨ ਫਾਰਵਰਡ ਕਰ ਲੈਂਦੇ ਆਪਾਂ ਉਹਨੂੰ ਤਾਂ ਸੇਮ ਬੈਲੈਂਸ ਜੋ ਕੈਸ਼ ਦਾ ਬੈਲੈਂਸ ਸੀ ਟੂ ਬੈਲੈਂਸ ਬਰੋ ਡਾਊਨ 20000 डेबिट साइड ਤੇ ਸਾਨੂੰ ਪਤਾ ਹੈ ਟੂ ਨਾਲ ਲਿਖਦੇ ਆਂ ਕ੍ਰੈਡਿਟ ਸਾਈਡ ਤੇ ਬਾਈ ਦੇ ਨਾਲ ਬੈਲੈਂਸ ਅੱਗੇ ਲਿਆਂਦਾ ਹੈ ਤਾਂ ਜੀਓ ਸਟੂਡੈਂਟ ਧਿਆਨ ਰੱਖਿਓ ਜਿੰਨੇ ਵੀ ਇਹ ਅਕਾਊਂਟ ਨੇ ਜਿਨ੍ਹਾਂ ਨੂੰ ਅਸੀਂ ਡੈਬਿਟ ਕੀਤਾ ਸੀ ਇਹਨਾਂ ਸਾਰਿਆਂ ਦੇ ਡੈਬਿਟ ਡੈਬਿਟ ਸਾਈਡ ਤੇ ਟੂ ਬੈਲੈਂਸ ਬਰੋ ਡਾਉਨ ਲਿਖਿਆ ਜਾਏਗਾ ਕਿਸ ਤਰ੍ਹਾਂ ਜਿਵੇਂ ਤਾਂ ਕੈਸ਼ ਸੀ ਅੱਗੇ ਦੇਖੋ ਇਸੇ ਤਰ੍ਹਾਂ ਡੈਟਰਸ ਦੇ ਵਿੱਚ ਟੂ ਬੈਲੈਂਸ ਬਰੋ ਡਾਉਨ 40000 ਸਟਾਕ ਦੇ ਵਿੱਚ ਟੂ ਬੈਲੈਂਸ ਬਰੋ ਡਾਉਨ 20000 ਇਨਪੁਟ ਸੀਜੀਐਸਸੀ ਟੂ ਬੈਲੈਂਸ ਬਰੋ ਡਾਉਨ 4000 ਇਨਪੁਟ ਐਸਜੀਐਸਸੀ ਟੂ ਬੈਲੈਂਸ ਬ ਕਲੀਅਰ ਹੋ ਰਿਹਾ ਕਿਉਂਕਿ ਇਹ ਸਾਰੇ ਅਕਾਊਂਟ ਡੈਬਿਟ ਸੀ ਇਹਨਾਂ ਦੀ ਡੈਬਿਟ ਸਾਈਡ ਤੇ ਬੈਲੈਂਸ ਸੀ ਬਰੋ ਡਾਉਨ ਕਰ ਲੇ ਜੇਕਰ ਓਪਨਿੰਗ ਜਰਨਲ ਐਂਟਰੀ ਹੈ ਉਦੋਂ ਨੈਕਸਟ ਵਨ ਇਸੇ ਤਰ੍ਹਾਂ ਇਨਪੁੱਟ ਆਈ ਜੀਐਸਟੀ 2 ਬੈਲੈਂਸ ਬਰੋ ਡਾਉਨ 20000 ਪਲਾਂਟ ਅਕਾਊਂਟ 2 ਬੈਲੈਂਸ ਬਰੋ ਡਾਉਨ 20000 ਇਹ ਸਾਰੇ 1 ਜੁਲਾਈ ਨੂੰ ਬਰੋ ਡਾਉਨ ਕਰ ਲਿਆ ਸੀ ਬੈਲੈਂਸਸ ਇਸੇ ਤਰ੍ਹਾਂ ਕ੍ਰੈਡਿਟਰ ਅਕਾਊਂਟ ਸੀ ਕ੍ਰੈਡਿਟਰ ਅਕਾਊਂਟ ਨੂੰ ਕਿਉਂਕਿ ਕ੍ਰੈਡਿਟ ਕੀਤਾ ਗਿਆ ਸੀ ਤਾਂ ਬੈਲੈਂਸ ਇੱਥੇ ਵੀ ਹੋਣਗੇ ਬਟ ਬਾਈ ਦੇ ਨਾਲ ਕ੍ਰੈਡਿਟ ਸਾਈਡ ਤੇ ਬਾਈ ਬ ਇਸੇ ਤਰ੍ਹਾਂ ਇਹ ਅਕਾਊਂਟ ਹੈ ਜਿਹੜਾ ਦਿਸ ਵਨ ਰਾਈਟ ਹੇਅਰ ਰਹਿ ਗਿਆ ਇੱਥੇ ਲਿਖਨ ਤੋਂ ਡਿਊ ਸਟੂਡੈਂਟs ਕੈਪੀਟਲ ਅਕਾਊਂਟ ਯਸ ਕੈਪੀਟਲ ਸੀ ਬੈਲੈਂਸ ਜਿਹੜਾ ਅਸੀਂ ਟ੍ਰਾਂਸਫਰ ਕੀਤਾ ਸੀ ਬਾਇ ਬੈਲੈਂਸ ਬਰੋ ਡਾਊਨ 60000 ਜੋ ਬੈਲੈਂਸ ਸੀ ਉਹ ਕੈਪੀਟਲ ਦੇ ਵਿੱਚ ਆ ਗਿਆ ਇਸ ਤਰ੍ਹਾਂ ਦੇ ਨਾਲ ਡਿਊ ਸਟੂਡੈਂਟ ਜੋ ਓਪਨਿੰਗ ਜਰਨਲ ਐਂਟਰੀ ਹੁੰਦੀ ਹੈ ਜਿੰਨੇ ਵੀ ਬੈਲੈਂਸ ਡੈਬਿਟ ਅਸੀਂ ਅਕਾਊਂਟ ਕਰਦੇ ਹਾਂ ਉਹਨਾਂ ਦੇ ਬੈਲੈਂਸ ਡੈਬਿਟ ਸਾਈਡ ਦੇ ਟੂ ਬੈਲੈਂਸ ਬਰੋ ਡਾਊਨ ਜਿੰਨਾ ਅਕਾਊਂਟ ਨੂੰ ਅਸੀਂ ਕ੍ਰੈਡਿਟ ਕੀਤਾ ਹੈ ਓਪਨਿੰਗ ਜਰਨਲ ਐਂਟਰੀ ਦੇ ਹੁਣ ਦੇਖੀ ਆਪਾਂ ਕੰਪਾਊਂਡ ਜਰਨਲ ਐਂਟਰੀ ਦੀ ਪੋਸਟਿੰਗ ਕਿਵੇਂ ਹੁੰਦੀ ਆ ਕੰਪਾਊਂਡ ਜਰਨਲ ਐਂਟਰੀ ਕੀ ਹੁੰਦੀ ਆ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਆ ਸਿੰਪਲ ਕੰਪਾਊਂਡ অর ਕੰਬਾਈਨ ਜਰਨਲ ਐਂਟਰੀਜ਼ ਆ ਜਰਨਲ ਐਂਟਰੀ ਇਨਵੋਲਵਿੰਗ 3 অর ਮੋਰ ਅਕਾਊਂਟ ਇਨ ਆ 1 ਐਂਟਰੀ ਜੇ ਕੋਈ ਵੀ ਇੱਕ ਬਿਜ਼ਨਸ ट्रांजैक्शन ਚ 3 ਜਾਂ 3 ਤੋਂ ਜ਼ਿਆਦਾ ਅਕਾਊਂਟ ਇਫੈਕਟਡ ਹੁੰਦੇ ਨੇ ਉਹਨੂੰ ਅਸੀਂ ਕੰਪਾਊਂਡ ਜਰਨਲ ਐਂਟਰੀ ਜਾਂ ਕੰਬਾਈਨ ਜਰਨਲ ਐਂਟਰੀ ਕਹਿੰਦੇ ਆ ਇਹਦੇ ਨਾਲ ਰਿਲੇਟਡ ਕੰਪਲੀਟ ਵੀਡੀਓ ਹੈ ਮੇਰੇ ਚੈਨਲ ਤੇ ਬਟ ਇੱਥੇ ਵੀ ਕਲੀਅਰ ਹੈ ਐਗਜ਼ਾਮਪਲ ਲੰ rent rupees 1000 salary 2000 paid rent vi pay kita salary vi pay kiti rent account debit salary account debit to cash business to cash chala gaya dhyan naal likho teen account affected ho gaye ek compound entry ban gayi teen account banange cash account rent account salary account sab to pehla rent account dhyan naal rent account nu debit kita effect kida cash da ਜੋ ਡੈਬਿਟ ਕੀਤਾ ਉਹ ਤੇ ਇਫੈਕਟ ਕ੍ਰੈਡਿਟ ਵਾਲੇ ਅਕਾਊਂਟ ਦਾ ਹੁੰਦਾ ਜੋ ਕ੍ਰੈਡਿਟ ਕੀਤਾ ਉਹਦੇ ਇਫੈਕਟ ਡੈਬਿਟ ਵਾਲੇ ਦਾ ਹੁੰਦਾ ਧਿਆਨ ਰੱਖਿਓ ਰੈਂਟ ਦੇ ਉੱਤੇ ਇਫੈਕਟ ਕੀਦਾ ਹੈ ਕੈਸ਼ ਦਾ ਰੈਂਟ ਨੂੰ ਡੈਬਿਟ ਕੀਤਾ ਤਾਂ ਰੈਂਟ ਦੀ ਡੈਬਿਟ ਸਾਈਡ ਤੇ 2 ਕੈਸ਼ ਅਕਾਊਂਟ ਦੀ ਡੇਟ ਹੋਏਗੀ ਤਾਂ ਅਸੀਂ ਡੇਟ ਵੀ ਸ਼ੋ ਕਰ ਦਾਂਗੇ ਕਲੀਅਰ ਉਸ ਤੋਂ ਬਾਅਦ ਸੈਲਰੀ ਕਾਉਂਟ ਡੈਬਿਟ ਸੈਲਰੀ ਕਾਉਂਟ ਨੂੰ ਵੀ ਡੈਬਿਟ ਕੀਤਾ ਹੈ ਸੈਲਰੀ ਕਾਉਂਟ ਦੀ ਡੈਬਿਟ ਸਾਈਡ ਦੇ ਉੱਤੇ 2 ਕੈਸ਼ ਅਕਾਊਂਟ ਕਿਉਂਕਿ ਸੈਲਰੀ ਤੇ ਵੀ ਇੰਪੈਕਟ ਕੀਦਾ ਹੈ ਕੈਸ਼ ਦਾ ਮੈਂ ਪਹਿਲਾਂ ਦੱਸਿਆ ਡੈਬਿਟ ਵਾਲੇ ਤੇ ਇ ਤੇ ਸਭ ਤੋਂ ਤੀਸਰਾ ਅਕਾਊਂਟ ਦੇਖੋ ਕੈਸ਼ ਟੂ ਕੈਸ਼ ਕੈਸ਼ ਨੂੰ ਕ੍ਰੈਡਿਟ ਕੀਤਾ ਤਾਂ ਕੈਸ਼ ਅਕਾਊਂਟ ਦੀ ਕ੍ਰੈਡਿਟ ਸਾਈਡ ਤੇ ਅਸੀਂ ਸ਼ੋਅ ਕਰਾਂਗੇ ਕੈਸ਼ ਦੇ ਉੱਪਰ ਦੋ ਅਕਾਊਂਟ ਦਾ ਅਸਰ ਹੈ ਕਿਉਂਕਿ ਦੋ ਡੈਬਿਟ ਹੋਏ ਹੋਏ ਨੇ ਡਿਊ ਟੂ 3000 ਆਫ ਕੈਸ਼ ਰੈਂਟ ਐਂਡ ਸੈਲਰੀ ਤਾਂ ਕ੍ਰੈਡਿਟ ਸਾਈਡ ਤੇ ਬਾਏ ਰੈਂਟ ਅਕਾਊਂਟ ਬਾਏ ਸੈਲਰੀ ਅਕਾਊਂਟ ਦੋਨੋਂ ਸ਼ੋਅ ਕਰਨੇ ਨੇ ਧਿਆਨ ਰੱਖਿਓ ਇਹ ਗੱਲ ਦਾ ਜੇ ਸਟੂਡੈਂਟ ਇਹ ਸੀ ਕੰਪਾਊਂਡ ਐਂਟਰੀ ਕੰਪਾ ਕਿਸੇ ਵੀ ਜਰਨਲ ਐਂਟਰੀ 'ਚ ਅਸੀਂ ਧਿਆਨ ਰੱਖਣਾ ਹੈ ਪਹਿਲਾਂ ਅਸੀਂ ਇਹ ਦੇਖਣਾ ਹੈ ਕਿ ਉਸ ਅਕਾਊਂਟ ਨੂੰ ਜਰਨਲ ਐਂਟਰੀ ਚ ਡੈਬਿਟ ਕੀਤਾ ਤਾਂ ਡੈਬਿਟ ਸਾਈਡ ਤੇ ਸ਼ੋ ਕਰਨਾ ਹੈ ਟੂ ਨਾ ਬਟ ਅਕਾਊਂਟ ਕਿਹੜਾ ਆਏਗਾ ਜਿਹੜਾ ਅਕਾਊਂਟ ਨੂੰ ਉਹਦੇ ਉਸ ਅਕਾਊਂਟ ਦੇ ਉੱਪਰ ਕ੍ਰੈਡਿਟ ਰੂਪ ਚ ਇਫੈਕਟ ਕਰ ਰਿਹਾ ਹੈ ਸਿਮਿਲਰਲੀ ਜੇ ਕਿਸੇ ਅਕਾਊਂਟ ਨੂੰ ਕ੍ਰੈਡਿਟ ਕੀਤਾ ਤਾਂ ਉਸ ਅਕਾਊਂਟ ਦੀ ਕ੍ਰੈਡਿਟ ਸਾਈਡ ਤੇ ਬਾਈ ਦੇ ਨਾਲ ਪੋਸਟਿੰਗ ਹੋਏਗੀ ਤੇ ਅਕਾਊਂਟ ਦਾ ਨਾਮ ਕਿਹੜਾ ਆਏਗਾ ਜਿਹੜਾ ਉਸ ਅਕਾਊਂਟ ਦੇ ਉੱਪਰ ਡੈਬਿਟ ਦੇ ਰੂਪ ਦੇ ਵਿੱਚ ਇੰਪੈਕਟ ਕਰ ਰਿਹਾ ਹੈ ਕਲੀਅਰ यस डियर स्टूडेंट आई थिंक द होल कॉन्सेप्ट इज क्लियर ਇਹਨੂੰ ਪੇਸ਼ੈਂਸਲੀ ਦੇਖ ਲਓ ਬੜਾ ਈਜ਼ੀ ਇੱਕ ਸਿਰਫ ਟੈਕਨੀਕ ਹੈ ਇਹਦੇ ਵਿੱਚ ਕੋਈ ਰੂਲ ਜ਼ਿਆਦਾ ਯਾਦ ਨਹੀਂ ਕਰਨੇ ਉਹ ਸਾਡੇ ਜੇ ਮੈਂ ਬਾਰ ਬਾਰ ਕਹਿੰਦਾ ਜਦ ਤੱਕ ਸਾਨੂੰ ਜਨਰਲ ਐਂਟਰੀਜ਼ ਨਹੀਂ ਆਨੀਆਂ ਜੇ ਜਨਰਲ ਐਂਟਰੀਜ਼ ਆ ਗਈਆਂ ਤਾਂ ਅੱਗੇ ਸਾਰਾ ਕੰਮ ਬੜਾ ਸਿੰਪਲ ਹੈ ਸੇਮ ਤੁਸੀਂ ਲੈਜ਼ਰ ਚ ਨੋਟ ਕੀਤਾ ਹੋਣਾ ਬੜਾ ਸਿੰਪਲੀਫਾਈਡ ਰੂਪ ਹੈ ਅੱਜ ਮੈਂ ਤੁਹਾਨੂੰ ਓਪਨਿੰਗ ਜਨਰਲ ਐਂਟਰੀ ਇਸ ਤੋਂ ਇਲਾਵਾ ਦੀ ਪੋਸਟਿੰਗ ਕਿਵੇਂ ਕਰਨੀ ਹੈ ਕੰਪਾਊਂਡ ਜਰਨਲ ਐਂਟਰੀ ਦੀ ਪੋਸਟਿੰਗ ਕਿਵੇਂ ਕਰਨੀ ਹੈ ਲੈਜਰ ਦਾ ਪਰਫਾਰਮਾ ਕੀ ਹੈ ਲੈਜਰ ਦੀ ਪੋਸਟਿੰਗ ਕਿਸ ਤਰ੍ਹਾਂ ਢੰਗ ਨਾਲ ਕਰੀਦੀ ਹੈ ਆਲ ਹੈਜ਼ ਬੀਨ ਐਕਸਪਲੈਨਡ ਇਨ ਟੂਡੇਜ਼ ਵੀਡੀਓ ਇਨ ਵੈਰੀ ਨੈਕਸਟ ਵੀਡੀਓ ਜੋ ਪਾਰਟ ਸੈਕੰਡ ਦੇ ਵਿੱਚ ਹੈ ਉਹਦੇ ਵਿੱਚ ਤੁਹਾਡੇ ਨਾਲ ਕੰਪਲੀਟ ਨਿਊਮੈਰਿਕਲ ਕੁਐਸਚਨ ਲੈਜਰ ਦਾ ਉਹਦਾ ਬੈਲੈਂਸਿੰਗ ਕਿਵੇਂ ਕਰਦੇ ਆਪਾਂ ਹੋਰ ਡਿਸਕਸ ਕਰਾਂਗੇ ਜੇਕਰ ਕੋਈ ਇਸ ਵੀਡੀਓ ਦੇ ਵਿੱਚ ਕੋਈ ਕਨਸੈਪਟ ਕਲੀਅਰ ਨਹੀਂ कमेंट बॉक्स जाओ कमेंट दो वीडियो वापस जाके दोबारा देखो अपने जो बुक्स ने उन्होंने सहारा लो तो ऑल कॉन्सेप्ट वट एवर कॉम्पलैक्स इन यूर माइंड रिगार्डिंग लेजर विल बी क्लियर एंड विल बी क्रिस्टल क्लीयर बिल्कुल साफ सुथरा टॉपिक है आसान है सो स्टूडेंट्स वेट फॉर अनदर वीडियो टेल दैन थैंक यू वेरी मच